अजनाला विच बीते कुछ दिनों तो चोरी दीयां वारदातां विच बहुत वाधा हो गया है। चोर दिन दिहाड़े चोरी दीयां वारदातां नूं अंजाम दे रहे हन, जिन्हां तों तंग आए लोकां ने पुलिस दे उच्च अधिकारियों कोलों सख्त कदम चुकन दी मंग कीती है। मामला अजनाला चौगावां रोड बाईपास दा है, जिथे दिन दे समय सुनहरे दी दुकान करन वाले दे घर बाहरों चोर मोटरसाइकिल लैके फरार हो गए, जिस संबंधी पीड़ित व्यक्ति अशोक कुमार ने जानकारी दी। उत्थे ही पुलिस वल्लों मामले की जांच जारी है। पुलिस वल्लों सीसीटीवी कैमरे की फुटेज नूं खंगालिया जा रहा है। साडी दुकान है डेरा रोड ते सोनू ज्वेलर की, समेश टाइम नूं रहिंदे आ डेरा रोड गवां रोड बाईपास। 4 बजे के करीब मोटरसाइकिल ला के अंदर गए, अद्धे घंटे बाद वेख्या आ के मोटरसाइकिल गया सी। 3 बंदे आए आ, एक बंदा पिछे ही, 2 बंदे अंदर आए आ, एक दे लत्त च थोड़ा लंगा मार रहा है, एक काले रंग दा पक्के रंग दा है, ते मूंह लटे होए ही। पता अहीं बाहर आया, मैं कि बाजार चलना है कम, ते मोटरसाइकिल वेख्या मोटरसाइकिल नहीं। ते तुहानूं किस तरह पता लगा कि मोटरसाइकिल? मैं अहीं सामने घर दे सामने फोटो कढ़ाई, उन्हां दी कैमरे लगे उन्हां दे, वो कढ़ाई है, उहदे विच वेख्या कि 3 बंदे ही, एक पिछे खलोता सी ते 2 अगे आए। उस नूं कंप्लेंट कीती है? कोई कारवाई नहीं हो रही। मंग भी करते मोटरसाइकिल लभे जाए, एक नहीं एक 2-3 होर भी हो नाले विच कल दी गेट च। वरकादास मल्ला देश मेशा एवेन्यू दा रहण वाला हाँ। कल इतों मोटरसाइकिल चोरी होया है, दिनों दिन वारदातां वधदियां जा रहियां नाले विच, ते कोई भी कारवाई नहीं हो रही। पिछले 1 महीने तो लगातार तकरीबन रोज़ कोई ना कोई वारदात हो रही है, तो इन्हां उत्ते जल्दी ठल पाई जाए ਤਾਂ ਜੋ ਚੋਰ ਇੱਕ ਅਗਾਂਹ ਕਦਮ ਨਾ ਚੁੱਕੇ ਜਾ ਸਕਣ। ਕਾਸਤਾ ਜੀ ਅਸ਼ੋਕ ਕੁਮਾਰ ਸਨ ਆਫ ਕਸਤੂਰੀ ਲਾਲ ਦਸ਼ਮੇਸ਼ ਐਵਨਿਊ ਜਨਾਲਾ ਤੋਂ, ਉਹਨੇ ਆਪਣੇ ਘਰ ਮੋਟਰਸਾਈਕਲ ਲਾਇਆ ਸੀ, ਹੀਰੋ ਹੋਂਡਾ ਡੀਲੈਕਸ ਸੀ, ਇਹਦਾ ਨੰਬਰ ਸੀ PB02BX75 ਉੱਤੇ 2 ਵਿਅਕਤੀ ਆਏ ਆ ਅੰਦਰੋਂ ਚੋਰੀ ਕਰਕੇ ਲੈ ਗਏ ਆ, ਅਤੇ ਉਹਦੇ ਅਸੀਂ CCTV ਫੁਟੇਜ ਵੇਖ ਰਹੇ ਹਾਂ, ਉੱਥੇ ਕਿਤੇ ਕੈਮਰੇ ਵੀ ਲੱਗੇ ਆ, ਅਤੇ ਕੈਮਰੇ ਫੁਟੇਜ ਦੇ ਵਿੱਚੋਂ ਜੋ ਮਤਲਬ ਦੋਸ਼ੀਆਂ ਦੀ ਪਛਾਣ ਹੋ ਗਈ ਤਾਂ ਉਹਨਾਂ ਨੂੰ ਫੜ ਕੇ ਅਤੇ ਗ੍ਰਿਫਤਾਰ ਕਰਕੇ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ। ਉੱਥੇ ਹੀ ਅੰਮ੍ਰਿਤਸਰ ਦੇ ਲਾਹੌਰੀ ਗੇਟ ਦੇ ਅੰਦਰ ਪੈਂਦੇ ਕਟਰਾ ਕਰਮ ਸਿੰਘ ਵਿੱਚ ਚੌਂਕ ਚਿੜੀਵਾਲਾ ਵਿਖੇ ਦੇਰ ਰਾਤ ਕੱਪੜੇ ਦੀ ਦੁਕਾਨ ਉੱਤੇ ਚੋਰਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਵੱਲੋਂ ਉਹਨਾਂ ਨੂੰ ਦੇਖ ਲੈ ਜਾਣ ਉੱਤੇ ਲੋਕਾਂ ਨੇ ਸ਼ੋਰ ਮਚਾ ਦਿੱਤਾ, ਜਿਸ ਉੱਤੇ ਚੋਰ ਫਰਾਰ ਹੋਣ ਵਿੱਚ ਕਾਮਯਾਬ ਰਹੇ। ਇਹ ਪੂਰੀ ਘਟਨਾ CCTV ਕੈਮਰੇ ਵਿੱਚ ਕੈਦ ਹੋ ਗਈ ਹੈ। ਮੇਰਾ ਨਾਮ ਪ੍ਰਿੰਸ ਹੈ ਭਾਅ ਜੀ। ਕਾਹਦਾ ਕੰਮ? ਆਪਣਾ ਕੱਪੜੇ ਦਾ ਭਾਅ ਜੀ, ਰੈਡੀਮੇਡ। ਅਤੇ ਕਦੋਂ ਦੀ ਘਟਨਾ ਹੈ ਜੀ ਇਹ? ਭਾਅ ਜੀ ਕਰੀਬ 2 ਵਜੇ ਫੋਨ ਆਇਆ ਸੀ ਪਾਪਾ ਨੂੰ ਕਿ ਤੁਹਾਡੀ ਦੁਕਾਨ ਦੇ ਤਾਲੇ ਟੁੱਟੇ ਪਏ ਨੇ। ਆ ਕੇ ਦੇਖਿਆ ਤਾਲੇ ਟੁੱਟੇ ਪਏ ਸੀ, ਸ਼ਟਰ ਚੱਕ ਕੇ ਅਤੇ ਥੱਲੇ ਇੱਟਾਂ ਦਿੱਤੀਆਂ ਪਈਆਂ ਸੀ, ਅਤੇ ਰਾਤ ਨੂੰ ਇੱਕਦਮ ਘਬਰਾ ਕੇ ਅਤੇ ਫਿਰ ਤਾਲੇ ਚੇਂਜ ਕੀਤੇ ਉਸੇ ਵੇਲੇ, ਕੰਪਲੇਂਟ ਕੀਤੀ 100 ਨੰਬਰ 'ਤੇ ਕੰਪਲੇਂਟ ਕੀਤੀ। ਫਿਰ ਪੁਲਿਸ ਵਾਲੇ ਆਏ, ਉਹਨਾਂ ਨੂੰ ਦੇਖਿਆ ਉਹਨਾਂ ਨੇ ਮੌਕਾ ਸਾਰਾ, ਅਤੇ ਬਾਕੀ ਤੁਹਾਡੇ ਸਾਹਮਣੇ। ਨੁਕਸਾਨ ਹੋਣੋਂ ਬਚ ਗਿਆ ਭਾਅ ਜੀ, ਸਾਹਮਣੇ ਘਰ ਆ ਉਹਨਾਂ ਦੇ, ਫੰਕਸ਼ਨ 'ਤੇ ਗਏ ਪਏ ਸੀ ਨਾ ਸਾਰੀ ਫੈਮਿਲੀ, ਉਹ ਕਰੀਬ 2 ਵਜੇ ਆਏ ਨੇ ਵਾਪਸ, ਅਤੇ ਉਹਨਾਂ ਦਾ ਵੀ ਤਾਲਾ ਟੁੱਟਾ ਪਿਆ ਸੀ। ਉਹਨਾਂ ਨੇ ਦੇਖਿਆ ਤਾਲਾ ਹੈ ਨਹੀਂ ਸਾਡਾ, ਅਤੇ ਉਹਨਾਂ ਨੇ ਰੌਲਾ ਪਾਤਾ ਕਿ ਇਹ ਚੋਰ ਨੇ, ਤਿੰਨੇ ਉਹਨਾਂ ਦੇ ਸਾਹਮਣੇ ਹੀ ਜਾ ਰਹੇ ਸੀ ਉਹ ਅੱਗੇ, ਅਤੇ ਉਹਨਾਂ ਨੂੰ ਦੇਖ ਕੇ ਉਹ ਭੱਜ ਗਏ, ਅਤੇ ਉਹਨਾਂ ਨੇ ਫਿਰ ਅਵੇਅਰ ਕੀਤਾ ਸਾਰਿਆਂ ਨੂੰ। ਪੁਲਿਸ ਨੇ ਕੀ ਕਿਹਾ? ਪੁਲਿਸ ਨੇ ਸਰ ਕਹਿੰਦੇ ਨੇ ਕਿ ਸਵੇਰੇ ਅਸੀਂ ਕਾਰਵਾਈ ਕਰਾਂਗੇ, ਤੁਸੀਂ CCTV ਫੁਟੇਜ ਲੈ ਕੇ ਆਓ। ਕੀ ਨਾਮ ਜੀ ਤੁਹਾਡਾ? ਰਕੇਸ਼। ਕੀ ਗੱਲ ਹੋਈ ਜੀ ਸਰ? ਅਸੀਂ ਕੱਲ੍ਹ ਫੰਕਸ਼ਨ ਗਏ ਸੀ ਰਾਤੀ, ਕੁਛ 12:30-1 ਵਜੇ ਵਾਪਸ ਆਏ, ਸਵਾ ਕੁ ਵਜੇ ਵਾਪਸ ਆਏ, ਅਤੇ ਕੈਬ 'ਚ ਗਲੀ ਦੇ ਬਾਹਰ ਉਤਰੇ, ਅਤੇ ਨਾਲ ਹੀ ਵੇਖਿਆ ਇੱਥੇ 3 ਜਣੇ ਉਹ ਕਾਲੇ ਕੱਪੜੇ ਪਾਏ ਸੀ ਮੁੰਡੇ, ਇੱਥੋਂ ਨਿਕਲੇ। ਮੈਂ ਤਾਂ ਪਹਿਲੇ ਨੋਰਮਲੀ ਸਮਝਿਆ ਕਿ ਵੈਸੇ ਗਲੀ ਦੇ ਕੋਈ ਬੰਦੇ ਹੋਣੇ, ਜਾਂਦੇ ਹੋਣੇ, ਇੱਧਰ ਜਾ ਰਹੇ ਸੀ ਪੈਦਲ, ਬੜੇ ਨੋਰਮਲੀ ਜਾ ਰਹੇ ਸੀਗੇ, ਅਤੇ ਇੱਥੇ ਆ ਗਏ ਅਸੀਂ ਗੇਟ ਦੇ ਬਾਹਰ ਦੇਖਿਆ ਤਾਲਾ ਟੁੱਟਾ ਸੀ, ਅਤੇ ਕੁੰਡੀ ਵੀ ਟੇਢੀ ਹੋਈ ਸੀ। CCTV 'ਚ ਆਇਆ? CCTV ਨਹੀਂ ਲੱਗੇ ਇੱਥੇ। ਕੀ ਮੰਗ? ਕੋਈ ਘਰ ਦਾ ਕੋਈ ਨੁਕਸਾਨ ਤਾਂ ਹੋਇਆ? ਨਹੀਂ, ਨੁਕਸਾਨ ਨਹੀਂ, ਕੁੰਡੀ ਨਹੀਂ ਖੁੱਲੀ ਉਹਨਾਂ ਕੋਲ, ਕੁੰਡੀ ਟੱਡੀ ਹੋਈ ਸੀ। ਲਾਗੇ ਛਾਗੇ ਕਿਸੇ ਦੇ ਤਾਲੇ ਟੁੱਟੇ? ਹਾਂ, ਸਾਹਮਣੇ ਬਾਹਰ ਦੁਕਾਨ 'ਤੇ ਘਾਣ ਵਾਲੀ ਦੁਕਾਨ ਹੈਗੀ ਹੈ, ਉਹਨਾਂ ਦੇ ਵੀ ਤਾਲੇ ਟੁੱਟੇ। ਪੁਲਿਸ ਨੂੰ ਕੰਪਲੇਂਟ ਕੀਤੀ? ਪੁਲਿਸ ਨੂੰ ਕੰਪਲੇਂਟ ਕੀਤੀ ਹੈ।
ਸਾਰੇ ਮੁਹੱਲੇ ਵਾਲੇ ਚਾਰ ਪੰਜ ਜਣੇ ਗਏ ਸੀ ਕੰਪਲੇਂਟ ਕਰਕੇ ਥੋੜ੍ਹੀ ਸਿਕਿਉਰਿਟੀ ਕੀਤੀ ਜਾਵੇ ਕੋਈ ਨਿਗਰਾਨੀ ਸੀ ਸੀ ਟੀ ਵੀ ਕੈਮਰੇ ਲੱਗੇ ਜਾਣ ਜਾਂ ਰਾਤੀ ਪੁਲਿਸ ਵਾਲੇ ਦੀ ਗਸ਼ਤ ਲੱਗੀ ਜਾਵੇ।